11 ਸਾਲ ਬਾਅਦ ਆਪਣੀ ਮਾਂ ਨੂੰ ਮਿਲ ਰਿਹਾ ਇਹ ਨੌਜਵਾਨ ਸੰਦੀਪ ਸਿੰਘ ਹੈ ਜੋ ਕਿ ਦੁਬਈ ਦੇ ਵਿੱਚ ਮੌਤ ਦੇ ਮੂੰਹੋਂ ਬਾਹਰ ਨਿਕਲ ਕੇ ਆਪਣੇ ਦੇਸ਼ ਵਾਪਿਸ ਆਇਆ ਜੋ ਕਿ ਸਿਰਫ ਇਸ ਕਰਕੇ ਦੁਬਈ ਗਿਆ ਸੀ ਤਾਂ ਜੋ ਉਹ ਪੈਸੇ ਕਮਾ ਕੇ ਆਪਣੇ ਪਰਿਵਾਰ ਦਾ ਸਹਾਰਾ ਬਣ ਸਕੇ ਪਰ ਨਹੀਂ ਕਿਉਂਕਿ 2006 ਦੇ ਵਿੱਚ ਉਸ ਉੱਤੇ ਕਤਲ ਦਾ ਕੇਸ ਪੈ ਗਿਆ ਸੀ ਜਿਸ ਤੋਂ ਬਾਅਦ ਦੁਬਈ ਦੀ ਲੋਅਰ ਕੋਰਟ ਨੇ ਉਸਨੂੰ ਸਜ਼ਾਏ ਮੌਤ ਸੁਣਾ ਦਿੱਤੀ ਸੀ ਪਰ ਇਸ ਦੌਰਾਨ ਸਰਬੱਤ ਦਾ ਭਲਾ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਦੁਬਈ ਦੇ ਉੱਘੇ ਉਦਯੋਗਪਤੀ SPS ਓਬਰਾਏ ਨੇ ਇਸ ਕੇਸ ਨੂੰ ਆਪਣੇ ਹੱਥ ਦੇ ਵਿੱਚ ਲਿਆ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਇਹ ਨੌਜਵਾਨ ਮੌਤ ਦੇ ਪੰਜਿਆਂ ਦੇ ਵਿੱਚੋਂ ਨਿਕਲ ਕੇ ਆਪਣੇ ਦੇਸ਼ ਵਾਪਿਸ ਪਰਤਾ ਹੈ। ਡਾਕਟਰ SP ਸਿੰਘ ਓਬਰਾਏ, ਅਸੀਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਅਸੀਂ ਤਾਂ ਮਤਲਬ ਸਾਡੇ ਲਈ ਤਾਂ ਦੂਸਰੇ ਰੱਬ ਨੇਗੇ, ਉਹ ਇੱਕ ਤਰ੍ਹਾਂ ਇਹ ਕਹਿ ਸਕਦੇ ਹਾਂ। ਮਤਲਬ ਸਾਨੂੰ ਤਾਂ ਉਮੀਦ ਹੀ ਨਹੀਂ ਸੀ ਕਿ ਵੀ ਇਸ ਤਰ੍ਹਾਂ ਦਾ ਕੁਛ ਹੋ ਸਕਦਾ ਆ, ਸਿਰਫ ਉਹਨਾਂ ਦੀ ਮਿਹਨਤ ਸਦਕਾ ਹੀ ਇਹ ਸਾਰਾ ਕੁਛ ਹੋਇਆ ਜੀ। ਇੰਨੇ ਸਾਲਾਂ ਬਾਅਦ ਕਹਿੰਦੇ ਹੁੰਦੇ ਵੀ ਸਾਨੂੰ ਦੇਖਣ ਨੂੰ ਮਿਲੇਗਾ, ਉਹ 11 ਸਾਲਾਂ ਬਾਅਦ ਅਸੀਂ ਉਹਨੂੰ ਦੇਖ ਰਹੇ ਹਾਂ, ਜਦੋਂ ਦਾ ਘਰੋਂ ਗਿਆ ਹੁਣ ਅਸੀਂ ਉਹਨੂੰ ਦੇਖਾਂਗੇ ਅੱਜ ਪਹਿਲੀ ਵਾਰੀ। ਇਹ ਸੰਦੀਪ ਸਿੰਘ ਜਿਹੜਾ ਵਾ ਇਹ ਲਗਭਗ 2006 ਦੇ ਵਿੱਚ ਦੁਬਈ ਗਿਆ ਸੀਗਾ ਜੀ, ਕੋਈ ਕਾਰਨ ਪਤਾ ਨਹੀਂ ਕਿਸ ਤਰ੍ਹਾਂ ਕੀ ਵਾਪਰਿਆ। ਮਨਦੀਪ ਸਿੰਘ ਦੇ ਬੱਚੇ ਦਾ ਕੇਸ ਜਿਹੜਾ ਨਾ ਮਰਡਰ ਕੇਸ ਜਿਹੜਾ ਵਾ ਇਹਦੇ ਉੱਤੇ ਉਹ ਮੌਤ ਦਾ ਕੇਸ ਇਹਦੇ 'ਤੇ ਪੈ ਗਿਆ। ਕਾਨੂੰਨੀ ਲੜਾਈ ਲੜੀ ਇਹਨੇ ਜੀ, ਕਾਨੂੰਨੀ ਲੜਾਈ ਦੇ ਵਿੱਚੋਂ ਲੋਅਰ ਕੋਰਟ ਨੇ ਇਹਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਜੀ। ਫਾਂਸੀ ਸਜ਼ਾ ਬਾਅਦ ਦੇ ਵਿੱਚ ਇਹਨਾਂ ਨੇ ਹਾਈ ਕੋਰਟ 'ਚ ਅਪੀਲ ਕੀਤੀ ਫੈਮਲੀ ਨੇ, ਹਾਈ ਕੋਰਟ 'ਚ ਅਪੀਲ ਕਰਨ ਤੋਂ ਬਾਅਦ ਇਹਦੀ ਫਾਂਸੀ ਦੀ ਸਜ਼ਾ ਜਿਹੜੀ ਆ ਉਹ ਉਮਰ ਕੈਦ ਦੇ ਵਿੱਚ ਤਬਦੀਲ ਹੋ ਗਈ ਜੀ। ਉਸ ਓਬਰਾਏ ਸਾਹਿਬ ਦੇ ਯਤਨਾਂ ਸਦਕਾ 11 ਸਾਲ ਬਾਅਦ ਇਹ ਪਰਿਵਾਰ ਦੇ ਵਿੱਚ ਆਪਣੇ 'ਚ ਹੁਣ ਸ਼ਾਮਿਲ ਹੋ ਰਿਹਾ ਜੀ, ਇਹ ਦੁਬਾਰਾ ਵਾਪਸ ਮੁੜ ਕੇ ਆਪਣੇ ਕੰਮ। 2007 'ਚ ਇਹ ਮੁੰਡੇ ਸੀ ਆਪਸ ਵਿੱਚ ਇਹ ਲੜ ਗਏ ਅਤੇ ਉਹ ਬਸ ਪਤਾ ਨਹੀਂ ਕਿਤੇ ਅਚਾਨਕ ਮੁੰਡਾ ਇਹ ਮਰ ਗਿਆ। ਬਾਅਦ 'ਚ ਮੈਨੂੰ ਉੱਥੇ ਫਾਂਸੀ ਦੀ ਸਜ਼ਾ ਹੋ ਗਈ, ਫਾਂਸੀ ਦੀ ਸਜ਼ਾ ਹੋ ਗਈ, ਬਸ ਓਬਰਾਏ ਸਾਹਿਬ ਨੇ ਮੈਨੂੰ ਬਸ ਛੜਾ ਕੇ ਲਿਆਂਦਾ 11 ਸਾਲ ਬਾਅਦ। ਸੰਦੀਪ ਨੂੰ ਸੁਣਾਈ ਗਈ ਸਜ਼ਾ ਤੋਂ ਬਾਅਦ ਉਸਦੇ ਪਰਿਵਾਰ ਨੂੰ ਬਿਲਕੁਲ ਵੀ ਆਸ ਨਹੀਂ ਸੀ ਕਿ ਉਹ ਵਾਪਸ ਆ ਜਾਵੇਗਾ, ਪਰ ਡਾਕਟਰ ਓਬਰਾਏ ਦੇ ਯਤਨਾਂ ਸਦਕਾ ਅੱਜ ਮੁਰਝਾਇਆ ਹੋਇਆ ਪਰਿਵਾਰ ਫਿਰ ਤੋਂ ਖਿੜ ਉੱਠਿਆ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਅਸਮਾ ਕੇ ਪਾਰ ਹਮ ਆ ਚਲੇ ਅਬ ਯਾਰ ਹਮ ਚਾਹਤੋ ਕਾ ਕਰਵਾ ਭੀ ਸਾਥ ਲੇ ਚਲੋ ਮਿਹਨਤ ਸੇ ਅਪਨੀ ਪਾਲੇਂਗੇ ਮੰਜ਼ਿਲ ਮੁਸ਼ਕਿਲੇ ਨਾ ਬਦਲ ਸਕੇਗੀ ਅਪਨਾ ਮੁਸਤਕਬਲ ਦੇਰ ਮੇ ਕਾਲਜ ਆਫ ਬਿਜ਼ਨਸ ਐਂਡ ਟੈਕਨੋਲੋਜੀ ਚਾਹਾ ਜੋ ਭੀ ਹਮਨੇ ਆ ਪਾ ਲਿਆ ਵਹੀ Pyramid College of Business and Technology. Admissions open. Call 93-978-93-978.